ਝਗੜਾ ਹੋਇਆ ਉੱਥੇ ਮਾਲਪੁਰ, ਅਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ। ਚਾਰ ਇੱਕ ਪਾਸਿਓਂ ਹੈ, ਤਿੰਨ ਇੱਕ ਪਾਸਿਓਂ, ਸੱਤ ਹੈਗੇ ਨਾ, ਗੋਲੀ ਦਾ ਕੋਈ ਸ਼ੋਰ ਨਹੀਂ। ਸਾਡੇ ਕੋਲ ਇੱਥੇ ਸੱਤ ਪੇਸ਼ੈਂਟ ਜਿਹੜੇ ਆ ਸਿਵਲ ਹਸਪੀਟਲ ਹੁਸ਼ਿਆਰਪੁਰ ਚ ਐਡਮਿਟ ਹੋਏ ਆ। ਝਗੜਾ ਹੋਇਆ ਉੱਥੇ ਮਾਲਪੁਰ, ਅਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ। ਚਾਰ ਇੱਕ ਪਾਸਿਓਂ ਹੈ, ਤਿੰਨ ਇੱਕ ਪਾਸਿਓਂ, ਸੱਤ ਹੈਗੇ ਨਾ, ਗੋਲੀ ਦਾ ਕੋਈ ਸ਼ੋਰ ਨਹੀਂ। ਨਹੀਂ ਇਹ ਮੂੰਹ ਜਵਾਨ ਨਹੀਂ ਕਹਿੰਦੇ ਪਏ, ਡਾਕਟਰ ਸਾਹਿਬ ਨਾਲ ਪੁੱਛਦੇ ਹਾਂ, ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ। ਹਾਂ, ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ, ਕੋਈ ਵੀ ਕੋਈ ਗੱਲ ਦੱਸ ਰਿਹਾ, ਬਸ ਲੜਾਈ ਸਾਡੀ ਹੋਈ, ਸਾਡੀ ਲੱਗਦੀ ਸੀ ਲੱਗਦੀ ਸੀ, ਬਸ ਇੰਨੀ ਗੱਲ ਹੀ ਕਰ ਰਹੇ, ਹੋਰ ਕੁਛ। ਥੈਂਕ ਯੂ ਸਰ। ਸਾਡੇ ਕੋਲ ਇੱਥੇ ਸੱਤ ਪੇਸ਼ੈਂਟ ਜਿਹੜੇ ਆ ਸਿਵਲ ਹਸਪੀਟਲ ਹੁਸ਼ਿਆਰਪੁਰ ਚ ਐਡਮਿਟ ਹੋਏ ਆ, ਜਿਨ੍ਹਾਂ ਚੋਂ ਕਿ ਚਾਰ ਗਨਸ਼ਾਟ ਇੰਜਰੀ ਸੀਗੀਆਂ, ਬਾਕੀ ਜਿਹੜੇ MLC ਮਲਟੀਪਲ ਇੰਜਰੀਜ਼ ਦੇ ਨਾਲ ਐਡਮਿਟ ਹੋਏ ਆ। ਤਿੰਨ ਤੇ ਜਿਹੜੇ ਗਨਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ, ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ, ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ। ਸਟੇਬਲ ਹੈਗੇ ਆ, ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ ਨੈਕ ਲਾਈਨ ਤੇ ਲੱਗੀ ਹੈਗੀ ਹੈ ਥੋੜੀ ਇੰਜਰੀ, ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ, ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ ਅਸੀਂ। ਥੈਂਕ ਯੂ। ਝਗੜਾ ਹੋਇਆ ਉੱਥੇ ਮਾਲਪੁਰ, ਅਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ। ਚਾਰ ਇੱਕ ਪਾਸਿਓਂ ਹੈ, ਤਿੰਨ ਇੱਕ ਪਾਸਿਓਂ, ਸੱਤ ਹੈਗੇ ਨਾ, ਗੋਲੀ ਦਾ ਕੋਈ ਸ਼ੋਰ ਨਹੀਂ। ਸਾਡੇ ਕੋਲ ਇੱਥੇ ਸੱਤ ਪੇਸ਼ੈਂਟ ਜਿਹੜੇ ਆ ਸਿਵਲ ਹਸਪੀਟਲ ਹੁਸ਼ਿਆਰਪੁਰ ਚ ਐਡਮਿਟ ਹੋਏ ਆ। ਝਗੜਾ ਹੋਇਆ ਉੱਥੇ ਮਾਲਪੁਰ, ਅਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ। ਚਾਰ ਇੱਕ ਪਾਸਿਓਂ ਹੈ, ਤਿੰਨ ਇੱਕ ਪਾਸਿਓਂ, ਸੱਤ ਹੈਗੇ ਨਾ, ਗੋਲੀ ਦਾ ਕੋਈ ਸ਼ੋਰ ਨਹੀਂ। ਨਹੀਂ ਇਹ ਮੂੰਹ ਜਵਾਨ ਨਹੀਂ ਕਹਿੰਦੇ ਪਏ, ਡਾਕਟਰ ਸਾਹਿਬ ਨਾਲ ਪੁੱਛਦੇ ਹਾਂ, ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ। ਹਾਂ, ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ, ਕੋਈ ਵੀ ਕੋਈ ਗੱਲ ਦੱਸ ਰਿਹਾ, ਬਸ ਲੜਾਈ ਸਾਡੀ ਹੋਈ, ਸਾਡੀ ਲੱਗਦੀ ਸੀ ਲੱਗਦੀ ਸੀ, ਬਸ ਇੰਨੀ ਗੱਲ ਹੀ ਕਰ ਰਹੇ, ਹੋਰ ਕੁਛ। ਥੈਂਕ ਯੂ ਸਰ। ਸਾਡੇ ਕੋਲ ਇੱਥੇ ਸੱਤ ਪੇਸ਼ੈਂਟ ਜਿਹੜੇ ਆ ਸਿਵਲ ਹਸਪੀਟਲ ਹੁਸ਼ਿਆਰਪੁਰ ਚ ਐਡਮਿਟ ਹੋਏ ਆ, ਜਿਨ੍ਹਾਂ ਚੋਂ ਕਿ ਚਾਰ ਗਨਸ਼ਾਟ ਇੰਜਰੀ ਸੀਗੀਆਂ, ਬਾਕੀ ਜਿਹੜੇ MLC ਮਲਟੀਪਲ ਇੰਜਰੀਜ਼ ਦੇ ਨਾਲ ਐਡਮਿਟ ਹੋਏ ਆ। ਤਿੰਨ ਤੇ ਜਿਹੜੇ ਗਨਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ, ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ, ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ। ਸਟੇਬਲ ਹੈਗੇ ਆ, ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ ਨੈਕ ਲਾਈਨ ਤੇ ਲੱਗੀ ਹੈਗੀ ਹੈ ਥੋੜੀ ਇੰਜਰੀ, ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ, ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ ਅਸੀਂ। ਥੈਂਕ ਯੂ। ਝਗੜਾ ਹੋਇਆ ਉੱਥੇ ਮਾਲਪੁਰ, ਅਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ। ਚਾਰ ਇੱਕ ਪਾਸਿਓਂ ਹੈ, ਤਿੰਨ ਇੱਕ ਪਾਸਿਓਂ, ਸੱਤ ਹੈਗੇ ਨਾ, ਗੋਲੀ ਦਾ ਕੋਈ ਸ਼ੋਰ ਨਹੀਂ। ਸਾਡੇ ਕੋਲ ਇੱਥੇ ਸੱਤ ਪੇਸ਼ੈਂਟ ਜਿਹੜੇ ਆ ਸਿਵਲ ਹਸਪੀਟਲ ਹੁਸ਼ਿਆਰਪੁਰ ਚ ਐਡਮਿਟ ਹੋਏ ਆ। ਝਗੜਾ ਹੋਇਆ ਉੱਥੇ ਮਾਲਪੁਰ,
ਤੇ ਦੋਨੇ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ। ਚਾਰ ਇੱਕ ਪਾਸਿਓ ਹੈ, ਤਿੰਨ ਇੱਕ ਪਾਸਿਓ, ਸੱਤ ਹੈਗੇ ਨਾ, ਗੋਲੀ ਦਾ ਕੋਈ ਸ਼ੋਰ ਨਹੀਂ। ਨਹੀਂ ਇਹ ਮੂੰਹ ਜਵਾਨੀ ਕਹਿੰਦੇ ਪਏ, ਡਾਕਟਰ ਸਾਹਿਬ ਨਾਲ ਪੁੱਛਦੇ ਆ, ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ। ਹਾਂ ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ, ਕੋਈ ਵੀ ਕੋਈ ਗੱਲ ਦੱਸ ਰਿਹਾ, ਬਸ ਲੜਾਈ ਸਾਡੀ ਹੋਈ, ਸਾਡੀ ਲੱਗਦੀ ਸੀ ਬਸ ਇੰਨੀ ਗੱਲ ਹੀ ਕਰ ਰਹੇ, ਹੋਰ ਕੁਛ। ਥੈਂਕ ਯੂ ਸਰ। ਸਾਡੇ ਕੋਲ ਇੱਥੇ ਸੱਤ ਪੇਸ਼ੈਂਟ ਜਿਹੜੇ ਆ ਸਿਵਲ ਹਸਪੀਟਲ ਹੁਸ਼ਿਆਰਪੁਰ ਚ ਐਡਮਿਟ ਹੋਏ ਆ, ਜਿਨ੍ਹਾਂ ਚੋਂ ਕਿ ਚਾਰ ਗਨਸ਼ਾਟ ਇੰਜਰੀ ਸੀਗੀਆਂ, ਬਾਕੀ ਜਿਹੜੇ MLC ਮਲਟੀਪਲ ਇੰਜਰੀਸ ਦੇ ਨਾਲ ਐਡਮਿਟ ਹੋਏ ਆ। ਤਿੰਨ ਤੇ ਜਿਹੜੇ ਗਨਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ, ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ। ਸਟੇਬਲ ਹੈਗੇ ਆ, ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ ਨੈਕ ਲਾਈਨ ਤੇ ਲੱਗੀ ਹੈਗੀ ਹੈ ਥੋੜੀ ਇੰਜਰੀ, ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ, ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ ਅਸੀਂ। ਥੈਂਕ ਯੂ।